गड्डी दे विच सफर करन वालियां दे लई जरूरी खबर है। हुण कार दी पिछली सीट ते बैठे पैसेंजर्स दे लई वी सीट बेल्ट लगाउणा जरूरी हो गया। इस तों पहलां सीट बेल्ट लगाउण दे लई सिर्फ ड्राइवर अते फ्रंट पैसेंजर्स दे लई ही जरूरी समझिया जांदा सी, पर अजिहा नहीं सी। पर हुण इह नियम दोबारा तों सख्ती दे नाल लागू करन दे लई केंद्र सरकार दे वल्लों तैयारी कर ली गई है। दस दई कि केंद्रीय ट्रांसपोर्ट मंत्री नितिन गडकरी दे वल्लों इह ऐलान कीता गया है कि कार दी पिछली सीट ते बैठे पैसेंजर्स नूं वी सीट बेल्ट लगाउणा जरूरी हो गया ते जेकर अजिहा ना कीता ਤਾਂ ਉਹਨਾਂ ਨੂੰ ਮੋਟਾ ਜੁਰਮਾਨਾ ਵੀ ਲੱਗ ਸਕਦਾ ਹੈ। ਗੜਕੜੀ ਦੇ ਮੁਤਾਬਕ ਜਿਸ ਤਰ੍ਹਾਂ ਕਾਰ ਦੇ ਵਿੱਚ ਅੱਗੇ ਬੈਠੇ ਪੈਸੇਂਜਰ ਦੇ ਸੀਟ ਬੈਲਟ ਨਹੀਂ ਲੱਗਣ ਤੇ ਅਲਾਰਮ ਵੱਜਣ ਲੱਗ ਜਾਂਦਾ ਹੈ, ਤਾਂ ਅਜਿਹਾ ਹੀ ਸਿਸਟਮ ਹੁਣ ਪਿਛਲੀ ਸੀਟ ਤੇ ਬੈਠੇ ਪੈਸੇਂਜਰਸ ਦੇ ਲਈ ਵੀ ਲਾਗੂ ਹੋਵੇਗਾ ਤੇ ਇਸ ਲਈ ਕਾਰ ਕੰਪਨੀਆਂ ਨੂੰ ਵੀ ਬਕਾਇਦਾ ਨਿਰਦੇਸ਼ ਦਿੱਤੇ ਜਾਣਗੇ। ਸੋਮਵਾਰ ਨੂੰ ਟਾਟਾ ਸੰਸ ਦੇ ਸਾਬਕਾ ਚੇਅਰਮੈਨ ਸਾਰਸ ਮਿਸਤਰੀ ਦਾ ਰੋਡ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਦੱਸਿਆ ਜਾ ਰਿਹਾ ਕਿ ਉਹ ਮਰਸੀਡੀਜ਼ ਦੀ ਪਿਛਲੀ ਸੀਟ ਤੇ ਬੈਠੇ ਸੀ ਤੇ ਉਹਨਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ ਤੇ ਇਸ ਕਰਕੇ ਗੜਕਰੀ ਦੇ ਐਲਾਨ ਨੂੰ ਮਿਸਤਰੀ ਦੀ ਮੌਤ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ। ਸੋ ਦੱਸ ਦੇ ਕਿ ਇਹ ਕੋਈ ਨਵਾਂ ਰੂਲ ਨਹੀਂ ਹੈ, ਇਸ ਤੋਂ ਪਹਿਲਾਂ ਵੀ ਗੱਡੀ ਦੇ ਵਿੱਚ ਜੋ ਬੈਠੇ ਪੈਸੇਂਜਰ ਸੀ ਉਹਨਾਂ ਸਾਰਿਆਂ ਦੇ ਲਈ ਸੀਟ ਬੈਲਟ ਲਗਾਉਣਾ ਜ਼ਰੂਰੀ ਸੀ, ਪਰ ਸਿਰਫ ਫਰੰਟ ਸੀਟ ਤੇ ਬੈਠੇ ਪੈਸੇਂਜਰ ਅਤੇ ਡਰਾਈਵਰ ਦੇ ਲਈ ਹੀ ਸੀਟ ਬੈਲਟ ਜ਼ਰੂਰੀ ਮੰਨੇ ਜਾਂਦੇ ਸੀ। ਪਿਛਲੀ ਸੀਟ ਤੇ ਬੈਠੇ ਪੈਸੇਂਜਰ ਇਸ ਵੱਲ ਕੋਈ ਧਿਆਨ ਨਹੀਂ ਦਿੰਦੇ ਸੀ, ਹਾਲਾਂਕਿ ਰੂਲ ਪਹਿਲਾਂ ਵੀ ਇਹੀ ਸੀ ਕਿ ਪਿਛਲੀ ਸੀਟ ਤੇ ਬੈਠੇ ਪੈਸੇਂਜਰ ਦਾ ਵੀ ਸੀਟ ਬੈਲਟ ਲਗਾਉਣਾ ਜ਼ਰੂਰੀ ਹੈ, ਪਰ ਇਸ ਨੂੰ ਫਾਲੋ ਨਹੀਂ ਕੀਤਾ ਜਾ ਰਿਹਾ ਸੀ। ਪਰ ਹੁਣ ਕੇਂਦਰ ਸਰਕਾਰ ਇਸ ਦੇ ਪ੍ਰਤੀ ਸਖ਼ਤ ਹੋ ਗਈ ਹੈ। ਸੜਕ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਜੋ ਫੀਸਦ ਹੈ ਉਸ ਨੂੰ ਘਟਾਉਣ ਦੇ ਲਈ ਤੇ ਸੜਕੀ ਜੋ ਦੁਰਘਟਨਾਵਾਂ ਨੇ ਉਹਨਾਂ ਦੇ ਵਿੱਚ ਕਮੀ ਲਿਆਉਣ ਦੇ ਲਈ ਹੁਣ ਕੇਂਦਰ ਸਰਕਾਰ ਵੀ ਸਜਗ ਹੋ ਗਈ ਹੈ ਤੇ ਇਸੇ ਨੂੰ ਲੈ ਕੇ ਇਹ ਕਾਨੂੰਨ ਹੁਣ ਸਖ਼ਤੀ ਨਾਲ ਲਾਗੂ ਕੀਤਾ ਜਾਏਗਾ। ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਪਿਛਲੀ ਸੀਟ ਤੇ ਬੈਠੇ ਪੈਸੇਂਜਰਸ ਦੇ ਵੱਲੋਂ ਸੀਟ ਬੈਲਟ ਨਾ ਲਗਾਏਗੀ ਤਾਂ ਉਹਨਾਂ ਨੂੰ 1,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਕੇਂਦਰ ਸਰਕਾਰ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਤੇ ਉਹਨਾਂ ਦਾ ਵੱਲੋਂ ਕਹਿਣਾ ਹੈ ਕਿ ਹੁਣ ਇਸ ਨੂੰ ਸਖ਼ਤੀ ਦੇ ਨਾਲ ਲਾਗੂ ਕੀਤਾ ਜਾਏਗਾ। ਦੱਸ ਦੇ ਕਿ ਇਸ ਤੋਂ ਪਹਿਲਾਂ ਪਿਛਲੀ ਸੀਟ ਤੇ ਬੈਠੇ ਪੈਸੇਂਜਰਸ ਲਈ ਸੀਟ ਬੈਲਟ ਲਗਾਉਣਾ ਜ਼ਰੂਰੀ ਤਾਂ ਸੀ, ਪਰ ਲੋਕ ਇਸ ਦੀ ਪਾਲਣਾ ਨਹੀਂ ਕਰਦੇ ਸਨ। ਪਰ ਹੁਣ ਅਜਿਹਾ ਕਰਨ ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜੋ ਕੇਂਦਰੀ ਟਰਾਂਸਪੋਰਟ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੁਰਮਾਨਾ ਲੈਣ ਦਾ ਕੋਈ ਮਕਸਦ ਨਹੀਂ ਹੈ, ਬਲਕਿ ਜਾਗਰੂਕਤਾ ਫੈਲਾਉਣਾ ਇਸ ਦਾ ਮਕਸਦ ਹੈ। ਉਹਨਾਂ ਕਿਹਾ ਕਿ 2024 ਤੱਕ ਸੜਕ ਹਾਦਸੇ ਵਿੱਚ 50% ਦੀ ਕਮੀ ਲਿਆਉਣ ਦਾ ਟੀਚਾ ਮਿੱਥਿਆ ਗਿਆ। ਇਸ ਦੇ ਨਾਲ ਨਾਲ ਕਾਰ ਦੀ ਪਿਛਲੀ ਸੀਟ ਤੇ ਏਅਰਬੈਗ ਲਗਾਉਣ ਦੇ ਨਾਲ ਕਾਰ ਦੀ ਲਾਗਤਾਂ ਦੇ ਵਿੱਚ ਵੀ ਜੋ ਹੈ ਕੀਮਤਾਂ ਵਧਣਗੀਆਂ। ਇਸ ਸਵਾਲ ਤੇ ਕੇਂਦਰੀ ਟਰਾਂਸਪੋਰਟ ਮੰਤਰੀ ਨੇ ਇਹ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਏਅਰਬੈਗ ਦੀ ਲਾਗਤ 1,000 ਰੁਪਏ ਹੈ ਤੇ ਅਜਿਹੇ ਦੇ ਵਿੱਚ 6,000 ਰੁਪਏ ਲੱਗਣਗੇ। ਪ੍ਰੋਡਕਸ਼ਨ ਅਤੇ ਡਿਮਾਂਡ ਦੇ ਵਧਣ ਦੇ ਨਾਲ ਹੌਲੀ ਹੌਲੀ ਇਸ ਦੀ ਲਾਗਤ ਵੀ ਘੱਟ ਹੋ ਜਾਏਗੀ। ਸੋ ਹੁਣ ਇਹ ਵੱਡੀ ਖਬਰ ਹੈ ਕਿ ਜੋ ਪਿਛਲੀ ਸੀਟ ਵਾਲੇ ਪੈਸੇਂਜਰਸ ਨੇ ਕਾਰ ਦੀ ਪਿਛਲੀ ਸੀਟ ਤੇ ਬੈਠ ਕੇ ਸਫ਼ਰ ਕਰਨ ਵਾਲੇ ਪੈਸੇਂਜਰਸ ਦੇ ਲਈ ਸੀਟ ਬੈਲਟ ਲਗਾਉਣਾ ਹੁਣ ਜ਼ਰੂਰੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਡਰਾਈਵਰ ਅਤੇ ਫਰੰਟ ਪੈਸੇਂਜਰਸ ਲਈ ਇਹ ਮੰਨਿਆ ਜਾਂਦਾ ਸੀ ਕਿ ਉਹਨਾਂ ਦੇ ਲਈ ਹੀ ਇਹ ਰੂਲ ਲਾਜ਼ਮੀ ਹੈ, ਪਰ ਹੁਣ ਪਿਛਲੀ ਸੀਟ ਵਾਲੇ ਪੈਸੇਂਜਰਸ ਦੇ ਲਈ ਵੀ ਇਹ ਲਾਜ਼ਮੀ ਕਰ ਦਿੱਤਾ ਗਿਆ ਤੇ ਜੇਕਰ ਇਸ ਰੂਲ ਦੀ ਪਾਲਣਾ ਨਾ ਕੀਤੀ ਗਈ ਤਾਂ ਉਹਨਾਂ ਨੂੰ 1,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।